ਅਕਸਰ ਅਸੀਂ ਅਜਿਹੇ ਕਿਸੇ ਬਹੁਤ ਸੁਣੇ ਸੀ ਜਦੋਂ ਵਿਆਹਤਾ ਇਲਜ਼ਾਮ ਲਗਾਉਂਦੀ ਹੋਵੇ ਕਿ ਸਹੁਰੇ ਦਾਜ ਲਈ ਤੰਗ ਪਰੇਸ਼ਾਨ ਕਰਦੇ ਨੇ, ਕੁੱਟਮਾਰ ਕਰਦੇ ਨੇ। ਪਰ ਨਾਭਾ ਤੋਂ ਆਈ ਇਸ ਖਬਰ ਨੇ ਤਾਂ ਇੱਕ ਵਾਰ ਹੋਸ਼ ਹੀ ਉਡਾ ਦਿੱਤੇ ਜਦੋਂ ਹਸਪਤਾਲ 'ਚ ਜ਼ਖਮੀ ਪਏ ਸਹੁਰੇ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਇਹਨਾਂ ਦਾ ਇਹ ਹਾਲ ਨੂੰਹ ਅਤੇ ਪੇਕੇ ਪਰਿਵਾਰ ਵੱਲੋਂ ਕੀਤਾ ਗਿਆ ਹੈ। ਉਹਨਾਂ ਦੀ ਨੂੰਹ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ। ਉਸਦਾ ਪਿਤਾ ਪੁਲਿਸ ਮੁਲਾਜ਼ਮ ਹੈ ਜੋ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਬੀਤੇ ਦਿਨੀ ਪੇਕੇ ਪਰਿਵਾਰ ਨੇ ਸਹੁਰਿਆਂ ਤੇ ਹਮਲਾ ਕਰਕੇ ਕਾਫੀ ਕੁੱਟਮਾਰ ਕੀਤੀ, ਜਦਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਹੁਣ ਹਸਪਤਾਲ 'ਚ ਜੇਰੇ ਇਲਾਜ ਪਏ ਸਹੁਰੇ ਪਰਿਵਾਰ ਨੇ ਰੋ ਰੋ ਕੇ ਨੂੰਹ ਅਤੇ ਉਸਦੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅਚਾਨਕ ਆਏ ਨੇ, ਬੈਠੇ ਨੇ, ਬੈਠੇ ਬਸ ਤੂੰ ਤੂੰ ਮੈਂ ਕਰਨ ਲੱਗ ਗਏ, ਜਿਵੇਂ ਕਿਸੇ ਤਿਆਰੀ ਵਿੱਚ ਆਏ ਸੀ। ਉਹਨਾਂ ਨੇ ਉਹਦੇ ਪਿਤਾ ਜੀ ਸਵਰਨਜੀਤ ਸਿੰਘ, ਉਹਨਾਂ ਨੇ ਆਉਂਦੇ ਹੀ ਮੇਰਾ ਕੋਈ ਹਾਲ ਚਾਲ ਨਹੀਂ ਪੁੱਛਿਆ, ਮੈਨੂੰ ਪਲਸਤਰ ਤੋਂ ਖਿੱਚ ਕੇ ਕੰਧ ਦੇ ਨਾਲ ਮਾਰਿਆ, ਜਿਹਦੇ ਕਿ ਮੇਰੇ ਇੱਥੇ ਪਿੱਛੇ ਸੱਟ ਲੱਗੀ ਅਤੇ ਮੇਰੀ ਬਾਂਹ ਦੇ ਵਿੱਚ ਰਾਤ ਦਾ ਦਰਦ ਹੋ ਰਿਹਾ। ਮੈਂ ਹਾਰਟ ਪੇਸ਼ੈਂਟ ਹਾਂ, ਮੈਂ ਡਾਇਬਿਟੀਜ਼ ਪੇਸ਼ੈਂਟ ਹਾਂ। ਮੇਰੇ ਬੱਚਿਆਂ 'ਤੇ ਵੀ ਵਾਰ ਕੀਤੇ, ਗਮਲੇ ਮੁਮਲੇ ਭੰਨੇ, ਸ਼ੀਸ਼ਿਆਂ 'ਤੇ ਰੋਡ ਮਾਰੇ ਅਤੇ ਮੇਰੀ ਬਹੂ ਹਰਪ੍ਰੀਤ ਕੌਰ ਮੇਰੇ ਉੱਤੇ ਬੈਠ ਗਈ, ਮੇਰੇ ਬਾਲ ਪੱਟੇ ਉਹਨਾਂ ਨੇ। ਉਹਦੀ ਮਾਂ ਨੇ ਵੀ ਮੈਨੂੰ ਬਹੁਤ ਮਾਰਿਆ ਕੁੱਟਿਆ, ਜਦੋਂ ਮੇਰੇ ਹਸਬੈਂਡ ਬਚਾਉਣ ਲੱਗੇ ਉਹਨਾਂ ਨੂੰ ਵੀ ਬਹੁਤ ਉਹਨਾਂ ਨੇ ਧੱਕਾ ਮਾਰਿਆ ਅਤੇ ਬੇਟੇ ਨੂੰ ਵੀ ਧਮਕੀਆਂ ਦਿੰਦੇ ਨੇ, ਕਹਿੰਦੇ ਨੇ ਵੀ ਜਦ ਤੂੰ ਡਿਊਟੀ ਤੋਂ ਆਏਗਾ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲੇਗਾ। ਮੈਨੂੰ ਉਹਨਾਂ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਜਦ ਵੀ ਮੈਂ ਆਪਣੀ ਘਰ ਵਾਲੀ ਨੂੰ ਲੈਣ ਜਾਂਦਾ ਉੱਥੇ ਮੇਰੇ ਨਾਲ ਬਹੁਤ ਜ਼ਿਆਦਾ ਬੇਇੱਜ਼ਤੀ ਹੁੰਦੀ ਹੈ। ਹਰ ਇੱਕ ਚਾਰੋਂ ਪੰਜੋਂ ਜਾਣੇ ਮੈਨੂੰ ਚਾਰੋਂ ਪੈਰ ਚੱਕ ਕੇ ਪੈਂਦੇ ਨੇ। ਮੈਨੂੰ ਕਹਿੰਦਾ ਮੈਂ ਤੈਨੂੰ ਅੱਜ ਤੋਂ ਬਾਅਦ ਤੈਨੂੰ ਮੈਂ ਦਿਖਾਊਂਗਾ ਤਾਰੇ, ਮੈਂ ਅੱਜ ਤੈਨੂੰ ਹੁਣ ਕਰਾਉਣਾ, ਮੈਂ ਤੈਨੂੰ ਅੰਦਰ ਕਰਵਾ ਦੂੰਗਾ, ਮੈਂ ਤੈਨੂੰ ਟਰੱਕ ਨਾਲ ਫੇਟ ਮਰਵਾ ਦੂੰਗਾ, ਮੈਂ ਤੈਨੂੰ ਜਦ ਤੂੰ ਫੈਕਟਰੀ ਤੋਂ ਆਏਗਾ ਤੂੰ ਘਰ ਨਹੀਂ ਵਾਪਸ ਆਏਗਾ, ਤੈਨੂੰ ਉਹਦੀ ਪਤਾ ਲੱਗੂ ਜਦ ਤੈਨੂੰ ਚੱਕ ਕੇ ਲੈ ਜਾਣਗੇ। ਜਦ ਵੀ ਆਉਂਦਾ ਹਮੇਸ਼ਾ ਪੰਜਾਬ ਪੁਲਿਸ ਦੀ ਧਮਕੀ ਦਿੰਦਾ ਮੈਨੂੰ। ਸੋ ਇਸ ਪਰਿਵਾਰ ਮੁਤਾਬਕ ਇਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਉਹਨਾਂ ਨੇ ਇਸ ਮਾਮਲੇ ਤੇ ਕੋਈ ਖਾਸ ਕਾਰਵਾਈ ਨਹੀਂ ਕੀਤੀ। ਹੁਣ ਖੈਰ ਇਹ ਪੂਰਾ ਮਾਮਲਾ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋਵੇਗਾ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। आसमां के पार हम आ चले अब यार, हम चाहतों का कारवां भी साथ ले चले, मेहनत से अपनी पालेंगे मंजिल, मुश्किलें ना बदल सकेगी अपना मुस्तकबिल, पिरामिड कॉलेज ऑफ बिजनेस एंड टेक्नोलॉजी, चाह जो भी हमने पा लिया वही। Pyramid College of Business and Technology. Admissions open. Call 93-978-93-978.